ਨਾਜਾਇਜ਼ ਮਾਈਨਿੰਗ ਦਾ ਵਿਰੋਧ ਕਰਨ ਤੇ ਵਿਅਕਤੀ ਨੇ ਚਲਾਈਆਂ ਗੋਲੀਆਂ। ਪਿੰਡ ਵਿੱਚ ਦਹਿਸ਼ਤ। ਜਲੰਧਰ ਵਿੱਚ ਥਾਣਾ ਪਾਤੜਾ ਅਧੀਨ ਆਉਂਦੇ ਪਿੰਡ ਨੌਲੀ ਵਿਖੇ ਪਿੰਡ ਵਾਲਿਆਂ ਵੱਲੋਂ ਨਾਜਾਇਜ਼ ਮਾਈਨਿੰਗ ਦਾ ਵਿਰੋਧ ਕਰਨ ਤੇ ਇੱਕ ਵਿਅਕਤੀ ਨੇ 5 ਗੋਲੀਆਂ ਚਲਾਈਆਂ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੇ ਪਿਤਾ ਨੂੰ ਥਾਣੇ ਵਿੱਚ ਲਿਜਾ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸਾਨੂੰ ਨਾ ਕਰੀਬ 7:45 ਵਜੇ ਕਰੀਬ ਸਾਨੂੰ ਇੱਕ ਮੈਸੇਜ ਆਇਆ ਸੀਗਾ ਵੀ ਕੁਛ ਸੁਖਵਿੰਦਰ ਸਿੰਘ ਬੰਦਾ ਪਿੰਡੌਲੀ ਪਿੰਡ ਵਿੱਚ ਹੈਗਾ, ਉਹ 5 ਫਾਇਰ ਕਰਕੇ ਗਿਆ ਹੈਗਾ। ਅਸੀਂ ਇਮੀਡੀਏਟਲੀ SH100 ਮੈਸੇਜ ਆ ਕੇ ਮੌਕੇ 'ਤੇ ਗਏ। ਮੌਕੇ 'ਤੇ ਜਾ ਕੇ ਅਸੀਂ ਜਿਹੜੇ ਬੰਦੇ ਸੀ ਉਹਨੂੰ ਰਾਉਂਡ ਅਪ ਕਰਕੇ ਲੈ ਕੇ ਆਏ ਹਾਂ। ਤੈਨੂੰ ਵੈਸੇ ਕੀਤਾ ਜਿੰਨੀ ਤੱਕ ਕੀਤਾ